ਕੈਲਗਰੀ ਦੇ ਫੁੱਟਹਿਲਸ ਮੈਡੀਕਲ ਸੈਂਟਰ ਵਿੱਚ ਸਟਾਫ ਅਤੇ ਮਰੀਜ਼ਾਂ ਵਿੱਚ ਕੋਵਿਡ-19 ਦੇ 26 ਮਾਮਲੇ, 3 ਮਰੀਜ਼ਾਂ ਦੀ ਹੋਈ ਮੌਤ। ਕੈਨੇਡਾ ਵਿੱਚ ਸਿਟੀਜ਼ਨਸ਼ਿਪ PR ਅਤੇ ਬਾਇਓਮੈਟ੍ਰਿਕਸ ਦੀਆਂ ਮਾਰਚ ਤੋਂ ਬੰਦ ਪਈਆਂ ਸੇਵਾਵਾਂ ਮੁੜ ਹੋਈਆਂ ਚਾਲੂ। CRA ਦੇ 48,000 ਖਾਤਿਆਂ ਨਾਲ ਹੈਕਰਸ ਦੀ ਛੇੜਛਾੜ ਮਗਰੋਂ ਅਜੇ ਤੱਕ ਕਈ ਫੰਕਸ਼ਨਸ ਬੰਦ ਪਏ ਨੇ ਤੇ ਜਨਤਾ ਚੱਲ ਰਹੀ ਹੈ ਪਰੇਸ਼ਾਨ। ਹਵਾਈ ਜਹਾਜ਼ਾਂ ਵਿੱਚ ਮਾਸਕ ਨਾ ਪਾਉਣ ਕਰਕੇ ਛੋਟੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਫਲਾਈਟ ਤੋਂ ਉਤਾਰੇ ਜਾਣ ਦੇ ਵੱਧ ਰਹੇ ਨੇ ਮਾਮਲੇ। ਏਅਰਲਾਈਨਸ ਨੇ ਕਿਹਾ ਹੈ ਉਹਨਾਂ ਦੇ ਹੱਥ ਬੱਝੇ ਹੋਏ ਨੇ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫਤਾਵਾਰ, ਸਪਾਂਸਰਡ ਬਾਏ ਮਰਸੀਡੀਜ਼ ਬੈਂਸ ਕੰਟਰੀ ਹਿਲਸ। ਮੈਂ ਹਾਂ ਮਨਿੰਦਰ ਗਰੇਵਾਲ। ਕੈਲਗਰੀ ਦੇ ਫੁੱਟਹਿਲਸ ਮੈਡੀਕਲ ਸੈਂਟਰ ਵਿੱਚ ਇਸ ਵੇਲੇ ਅਲਬਰਟਾ ਸੂਬੇ ਦੀ ਸਭ ਤੋਂ ਵੱਡੀ ਕੋਵਿਡ-19 ਆਊਟਬ੍ਰੇਕ ਚੱਲ ਰਹੀ ਹੈ। 17 ਮਰੀਜ਼ ਤੇ 9 ਸਟਾਫ ਮੈਂਬਰਸ ਪੋਜ਼ਿਟਿਵ ਪਾਏ ਜਾ ਚੁੱਕੇ ਨੇ ਤੇ ਸ਼ੁੱਕਰਵਾਰ ਸਵੇਰ ਤੱਕ 120 ਤੋਂ ਵੱਧ ਸਟਾਫ ਮੈਂਬਰਸ ਆਈਸੋਲੇਸ਼ਨ ਵਿੱਚ ਚੱਲ ਰਹੇ ਸਨ। 18 ਸਤੰਬਰ ਨੂੰ ਕੋਵਿਡ-19 ਦਾ ਪਹਿਲਾ ਮਾਮਲਾ ਹਸਪੀਟਲ ਵਿੱਚ ਆਇਆ ਸੀ ਤੇ ਇੱਕ ਹਫ਼ਤੇ ਵਿੱਚ ਹੀ ਮਾਮਲੇ ਵੱਧ ਕੇ 26 ਤੇ ਪਹੁੰਚ ਗਏ ਤੇ 23 ਸਤੰਬਰ ਤੱਕ 144 ਸਟਾਫ ਮੈਂਬਰਸ ਆਈਸੋਲੇਸ਼ਨ ਵਿੱਚ ਚੱਲ ਰਹੇ ਹੋਣ ਕਰਕੇ ਸਟਾਫ ਨੂੰ ਓਵਰਟਾਈਮ ਕਰਨਾ ਪੈ ਰਿਹਾ ਹੈ। Managing these outbreaks, contact tracing, and our investigation so far has not yielded any evidence of a link between the two outbreaks. At this time, we are continuing to test everybody, and we want to be able to identify every single possible infection that we can, because that helps us to contain the outbreak. ਹਸਪੀਟਲ ਦੀਆਂ ਕਾਰਡੀਐਕ ਅਤੇ ਅਕਿਊਟ ਕੇਅਰ ਯੂਨਿਟਸ ਵਿੱਚ ਇਹ ਮਾਮਲੇ ਸਾਹਮਣੇ ਆਏ ਨੇ, ਜੋ ਚਿੰਤਾ ਵਾਲੀ ਗੱਲ ਹੈ ਤੇ ਉੱਥੇ ਹੀ ਭਰਤੀ 3 ਮਰੀਜ਼ਾਂ ਦੀ ਇਸ ਬਿਮਾਰੀ ਨਾਲ ਮੌਤ ਵੀ ਹੋਈ ਹੈ। ਵੱਡੀ ਗਿਣਤੀ ਨਰਸਾਂ ਆਈਸੋਲੇਸ਼ਨ ਵਿੱਚ ਹੋਣ ਕਰਕੇ ਬਾਕੀ ਨਰਸਾਂ ਨੂੰ ਆਮ ਨਾਲੋਂ ਕਿਤੇ ਜ਼ਿਆਦਾ ਓਵਰਟਾਈਮ ਕਰਨਾ ਪੈ ਰਿਹਾ ਹੈ ਤੇ ਉਹ ਥੱਕ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਹਸਪੀਟਲ ਵਿੱਚ ਇਸ ਵੇਲੇ ਡਰ ਅਤੇ ਖਤਰੇ ਦੀ ਭਾਵਨਾ ਪਸਰੀ ਹੋਈ ਹੈ। ਪਰਮਨੈਂਟ ਰੈਜ਼ੀਡੈਂਸੀ, ਸਿਟੀਜ਼ਨਸ਼ਿਪ ਅਤੇ ਬਾਇਓਮੈਟ੍ਰਿਕ ਸੇਵਾਵਾਂ ਲਈ ਮਾਰਚ ਮਹੀਨੇ ਤੋਂ ਉਡੀਕ ਕਰ ਰਹੇ ਕੈਨੇਡੀਅਨ ਵਿਅਕਤੀਆਂ ਲਈ ਚੰਗੀ ਖਬਰ ਆਈ ਹੈ। ਮਾਰਚ ਤੋਂ ਬੰਦ ਪਈਆਂ ਇਨ ਪਰਸਨ ਸੇਵਾਵਾਂ ਬੁੱਧਵਾਰ 23 ਸਤੰਬਰ ਤੋਂ ਹੌਲੀ ਹੌਲੀ ਮੁੜ ਚਾਲੂ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਕੁਝ ਸਾਈਟਸ ਤੇ ਹੀ ਇਹ ਸੇਵਾਵਾਂ ਪਾਇਲਟ ਪ੍ਰੋਜੈਕਟ ਤਹਿਤ ਸ਼ੁਰੂ ਕੀਤੀਆਂ ਗਈਆਂ ਨੇ ਤੇ ਆਉਣ ਵਾਲੇ ਲੋਕਾਂ ਅਤੇ ਅਧਿਕਾਰੀਆਂ ਦੀ ਸਿਹਤ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ PR, ਬਾਇਓਮੈਟ੍ਰਿਕਸ ਅਤੇ ਹੋਰ ਇਨ ਪਰਸਨ ਸੇਵਾਵਾਂ ਲਈ ਪਹਿਲਾਂ ਤੋਂ ਕਤਾਰ ਵਿੱਚ ਲੱਗੇ ਹੋਏ ਲੋਕ ਲੋੜੀਂਦੀ ਤਰੀਕ ਲੈਣ ਵਾਸਤੇ ਆਪ ਕਾਲ ਨਾ ਕਰਨ। ਅਧਿਕਾਰੀ ਆਪ ਹੀ ਮੀਟਿੰਗ ਦੀ ਤਰੀਕ ਮਿੱਥ ਕੇ ਤੁਹਾਨੂੰ ਕਾਲ ਕਰਨਗੇ। ਇੱਕ ਵੱਡੇ ਸਾਈਬਰ ਅਟੈਕ ਦੇ ਮੱਦੇਨਜ਼ਰ ਕੈਨੇਡਾ ਰੈਵਨਿਊ ਏਜੰਸੀ ਨੇ ਆਪਣੀ ਵੈਬਸਾਈਟ ਨੂੰ ਆਫਲਾਈਨ ਕਰ ਦਿੱਤਾ ਸੀ ਤੇ ਇਸ ਗੱਲ ਨੂੰ ਤਕਰੀਬਨ 2 ਮਹੀਨੇ ਹੋ ਚੁੱਕੇ ਨੇ, ਪਰ ਅਜੇ ਤੱਕ ਕਈ ਸੇਵਾਵਾਂ ਚਾਲੂ ਨਹੀਂ ਕੀਤੀਆਂ ਗਈਆਂ। ਡਾਇਰੈਕਟ ਡਿਪੋਜ਼ਿਟ ਇਨਫੋਰਮੇਸ਼ਨ, ਐਡਰੈਸ ਚੇਂਜ ਜਾਂ ਕਿਸੇ ਨੂੰ ਆਪਣਾ ਰੈਪ੍ਰੈਜੈਂਟੇਟਿਵ ਬਣਾਉਣ ਜਿਹੀਆਂ ਸੇਵਾਵਾਂ ਤੱਕ ਲੋਕਾਂ ਦੀ CRA ਪੋਰਟਲ ਤੱਕ ਪਹੁੰਚ ਸਥਾਪਿਤ ਅਜੇ ਵੀ ਨਹੀਂ ਹੋ ਪਾ ਰਹੀ। CRA ਮੁਤਾਬਕ ਸਰਵਿਸ ਕੈਨੇਡਾ ਅਕਾਊਂਟ ਦੇ ਲਿੰਕ ਵੀ ਹਾਲੇ ਤੱਕ ਡੀਐਕਟੀਵੇਟਿਡ ਹੀ ਚੱਲ ਰਹੇ ਨੇ ਤੇ ਇਹ ਸੇਵਾਵਾਂ ਕਦੋਂ ਤੱਕ ਚਾਲੂ ਹੋ ਸਕਣਗੀਆਂ ਹਾਲੇ ਪਤਾ ਨਹੀਂ। CRA ਨੂੰ ਕਰੀਬ 2 ਮਹੀਨੇ ਪਹਿਲਾਂ 48,000 CRA ਅਕਾਊਂਟਸ ਤੇ ਹੈਕਰਸ ਦੀ ਸ਼ੱਕੀ ਗਤੀਵਿਧੀ ਦਾ ਪਤਾ ਲੱਗਿਆ ਸੀ। ਇਸ ਹਫ਼ਤੇ ਫੈਡਰਲ ਲਿਬਰਲ ਸਰਕਾਰ ਨੇ ਥਰੋਨ ਸਪੀਚ ਪੇਸ਼ ਕਰ ਦਿੱਤੀ। ਸਾਰਿਆਂ ਵਾਸਤੇ ਹੀ ਦਿਨ ਬੜਾ ਵੱਡਾ ਸੀ ਤੇ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਸਾਡੇ ਕੈਲਗਰੀ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਤੋਂ। ਜੀ ਰਿਸ਼ੀ ਜੀ, ਕੀ ਨਿਕਲਿਆ ਥਰੋਨ ਸਪੀਚ ਵਿੱਚ? ਮਨਿੰਦਰ ਜੀ, ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਦੇ ਸੰਬੰਧ ਵਿੱਚ $900 ਮਿਲੀਅਨ ਦੇ ਸਕੈਂਡਲ ਵਿੱਚ ਘਿਰੀ ਘੱਟ ਗਿਣਤੀ ਫੈਡਰਲ ਲਿਬਰਲ ਸਰਕਾਰ ਨੇ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਦਿੱਤਾ ਸੀ ਅਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਨਵੇਂ ਸਿਰਿਓਂ ਆਪਣੀ ਸਰਕਾਰ ਦਾ ਬਲੂ ਪ੍ਰਿੰਟ ਤਿਆਰ ਕਰਕੇ ਲਿਆਉਣਗੇ ਤਾਂ ਕਿ ਕੋਵਿਡ-19 ਨਾਲ ਝੰਬੇ ਦੇਸ਼ ਦੀ ਆਰਥਿਕਤਾ ਨੂੰ ਮੁੜ ਪੱਟੀ 'ਤੇ ਚੜ੍ਹਾਇਆ ਜਾ ਸਕੇ। ਅਤੇ ਮਨਿੰਦਰ ਜੀ, ਹੁਣ 23 ਸਤੰਬਰ ਨੂੰ ਪਾਰਲੀਮੈਂਟ ਮੁੜ ਕੇ ਚਾਲੂ ਹੋ ਗਈ ਹੈ। ਸਰਕਾਰ ਵੱਲੋਂ ਤਿਆਰ ਕੀਤੀ ਗਈ ਥਰੋਨ ਸਪੀਚ ਨੂੰ ਗਵਰਨਰ ਜਨਰਲ ਨੇ ਪੜ੍ਹ ਕੇ ਸੁਣਾ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਇਸ ਸਮੇਂ ਕ੍ਰੋਸ ਰੋਡ 'ਤੇ ਖੜ੍ਹਾ ਹੈ। ਇੱਕ ਪਾਸੇ ਆਰਥਿਕਤਾ ਨੂੰ ਚੁਣੌਤੀ ਦਰਪੇਸ਼ ਹੈ, ਦੂਜੇ ਪਾਸੇ ਦੇਸ਼ ਵਾਸੀਆਂ ਦੀ ਸਿਹਤ ਨੂੰ ਬਚਾਉਣਾ ਵੀ ਜ਼ਰੂਰੀ ਹੈ। ਮਨਿੰਦਰ ਜੀ, ਸਰਕਾਰ ਨੇ ਕਿਹਾ ਹੈ ਕਿ ਇਸ ਵੇਲੇ ਮੁੱਠੀ ਬੰਦ ਕਰਕੇ ਜਾਂ ਹੱਥ ਘੁੱਟ ਕੇ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ ਅਤੇ ਵੱਡੇ ਖਰਚਿਆਂ ਦੀ ਲੋੜ ਹੈ। ਸਰਕਾਰ ਨੇ ਆਪਣੀ ਯੋਜਨਾ ਵਿੱਚ 10 ਲੱਖ ਨੌਕਰੀਆਂ ਪੈਦਾ ਕਰਨ ਦੀ ਗੱਲ ਕਹੀ ਹੈ ਅਤੇ ਨਾਲ ਹੀ ਕਾਰੋਬਾਰੀਆਂ ਨੂੰ ਮਿਲਦੀ ਵੇਜ ਸਬਸਿਡੀ ਅਗਲੇ ਸਾਲ ਗਰਮੀਆਂ ਤੱਕ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ। ਉੱਧਰ ਵਿਰੋਧੀ ਧਿਰ NDP ਦਾ ਕਹਿਣਾ ਹੈ ਕਿ ਪੁਰਾਣੀਆਂ ਯੋਜਨਾਵਾਂ ਨੂੰ ਨਵੇਂ ਸ਼ਬਦ ਦਿੱਤੇ ਗਏ ਨੇ ਅਤੇ ਨਵਾਂ ਕੁਝ ਵੀ ਨਹੀਂ ਹੈ, ਪਰ ਨਾਲ ਹੀ NDP ਆਪਣੇ ਰਾਜਨੀਤਿਕ ਏਜੰਡੇ ਨੂੰ ਅੱਗੇ ਬਚਾਉਣ ਵਿੱਚ ਅਤੇ ਵਧਾਉਣ ਵਿੱਚ ਕਾਮਯਾਬੀ ਰਹੀ ਹੈ। ਬਲੌਗ ਕੁਬੈਕਵਾ ਦਾ ਕਹਿਣਾ ਹੈ ਕਿ ਥਰੋਨ ਸਪੀਚ ਵਿੱਚ ਕੁਬੈਕ ਸੂਬੇ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ ਅਤੇ ਉਹ ਹੈਲਥ ਕੇਅਰ ਵਾਸਤੇ ਚੋਖੀ ਰਕਮ ਦੀ ਮੰਗ ਵੀ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇ ਰਕਮ ਨਾ ਮਿਲੀ ਤਾਂ ਸਰਕਾਰ ਦੇ ਵਿਰੋਧ ਵਿੱਚ ਵੋਟ ਪਾਉਣਗੇ। ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਇੱਕ ਵੱਡਿਓ ਹੀ ਇਸ ਥਰੋਨ ਸਪੀਚ ਨੂੰ ਰੱਦ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਗੈਰ ਜ਼ਿੰਮੇਦਾਰੀ ਨਾਲ ਖਰਚ ਕਰਨ ਦਾ ਦੋਸ਼ੀ ਐਲਾਨਿਆ। ਉਹਨਾਂ ਨੇ ਕਿਹਾ ਕਿ ਉਧਾਰ ਚੁੱਕ ਕੇ ਕਰਜ਼ਾ ਵਧਾ ਕੇ ਸਰਕਾਰ ਵੋਟਾਂ ਖਰੀਦਣ ਵਿੱਚ ਲੱਗੀ ਹੋਈ ਹੈ ਅਤੇ ਇਸ ਕਰਜ਼ੇ ਦਾ ਬੋਝ ਉਤਾਰਨ ਦੀ ਕੋਈ ਯੋਜਨਾ ਸਰਕਾਰ ਕੋਲ ਨਹੀਂ ਹੈ।
ਉਧਰ ਸਰਕਾਰ ਨੇ ਔਰਤਾਂ ਵਾਸਤੇ ਛੋਟੇ ਤੇ ਮੱਧ ਕਾਰੋਬਾਰੀਆਂ ਵਾਸਤੇ, ਬੇਰੁਜ਼ਗਾਰਾਂ ਵਾਸਤੇ, ਚਾਈਲਡ ਕੇਅਰ ਵਾਸਤੇ ਕਈ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਤੇ ਗ੍ਰੀਨ ਪ੍ਰੋਜੈਕਟ ਦੀ ਗਤੀ ਨੂੰ ਹੀ ਹੌਲੀ ਕਰ ਦਿੱਤਾ ਗਿਆ ਲੱਗਦਾ ਹੈ। ਲੱਗਦਾ ਇਹੀ ਹੈ ਕਿ NDP ਦੇ ਸਮਰਥਨ ਨਾਲ ਘੱਟ ਗਿਣਤੀ ਲਿਬਰਲ ਸਰਕਾਰ ਵਿੱਚ ਬਣੀ ਰਹੇਗੀ। ਜੀ ਰਿਸ਼ੀ ਜੀ, ਸ਼ੁਕਰੀਆ ਇਸ ਸਾਰੀ ਜਾਣਕਾਰੀ ਦੇ ਲਈ। ਜੀ ਮਨਿੰਦਰ ਜੀ, ਧੰਨਵਾਦ। ਹਵਾਈ ਜਹਾਜ਼ਾਂ ਵਿੱਚ 2 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਵਾਸਤੇ ਮਾਸਕ ਪਾਉਣ ਦੀ ਸ਼ਰਤ ਨੇ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਰਵਾ ਦਿੱਤਾ ਹੈ। US ਅਤੇ ਕੈਨੇਡਾ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ 2 ਸਾਲ ਦੇ ਬੱਚੇ ਵੱਲੋਂ ਹਵਾਈ ਜਹਾਜ਼ ਵਿੱਚ ਮਾਸਕ ਨਾ ਪਾਉਣ 'ਤੇ ਰੌਲਾ ਪਾ ਦਿੱਤਾ ਗਿਆ ਅਤੇ ਪਰਿਵਾਰ ਨੂੰ ਫਲਾਈਟ ਤੋਂ ਜਾਂ ਤਾਂ ਉਤਾਰ ਦਿੱਤਾ ਗਿਆ ਜਾਂ ਫਲਾਈਟ ਹੀ ਕੈਂਸਲ ਹੋ ਗਈ। ਏਅਰਲਾਈਨਸ ਦੇ ਹੱਥ ਵੱਜੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਉਹੀ ਕਰ ਰਹੇ ਨੇ ਜੋ ਟਰਾਂਸਪੋਰਟ ਕੈਨੇਡਾ ਨੇ ਕਿਹਾ, ਪਰ 2 ਸਾਲ ਦੇ ਬੱਚੇ ਨੂੰ ਮਾਸਕ ਪਾਉਣ ਲਈ ਕਿਵੇਂ ਮਨਾਇਆ ਜਾਏ ਇਹ ਮਾਪਿਆਂ ਨੂੰ ਸਮਝ ਨਹੀਂ ਆ ਰਹੀ ਹੈ। ਮਾਸਕ ਪਾਉਣ ਨਾਲ ਐਂਗਜ਼ਾਇਟੀ ਮਹਿਸੂਸ ਕਰਨ ਵਾਲਿਆਂ ਨੂੰ ਉਂਝ ਵੱਖ-ਵੱਖ ਸਿਟੀਜ਼ ਨੇ ਆਪਣੇ ਬਾਇਲੌਜ਼ ਵਿੱਚ ਮਾਸਕ ਪਾਉਣ ਤੋਂ ਛੋਟ ਦਿੱਤੀ ਹੋਈ ਹੈ। ਕਿਸੇ ਬਿਮਾਰੀ ਦੀ ਵਜ੍ਹਾ ਨਾਲ ਮਾਸਕ ਨਾ ਪਾ ਸਕਦੇ ਲੋਕਾਂ ਨੂੰ ਵੀ ਸਿਟੀ ਬਾਇਲੌਜ਼ ਦੇ ਨਾਲ ਨਾਲ ਹਵਾਈ ਜਹਾਜ਼ਾਂ ਵਿੱਚ ਮਾਸਕ ਪਾਉਣ ਤੋਂ ਛੋਟ ਦਿੱਤੀ ਗਈ ਹੈ, ਪਰ ਮਾਸਕ ਤੋਂ ਘਬਰਾਉਂਦੇ 2 ਸਾਲ ਦੇ ਬੱਚਿਆਂ ਨੂੰ ਕੋਈ ਛੋਟ ਨਹੀਂ ਹੈ। ਅਮਰੀਕੀ ਸੂਬੇ ਕੈਂਟਕੀ ਦੇ ਸ਼ਹਿਰ ਲੂਈਵਿਲ ਵਿੱਚ 13 ਮਾਰਚ ਨੂੰ 26 ਸਾਲਾ ਬਲੈਕ ਔਰਤ ਬ੍ਰਿਓਨਾ ਟੇਲਰ ਨੂੰ ਗੋਲੀ ਮਾਰ ਕੇ ਉਸਦੀ ਜਾਨ ਲੈਣ ਦੇ ਮਾਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਅਦਾਲਤ ਨੇ ਇਸ ਹਫ਼ਤੇ ਦੋਸ਼ੀ ਕਰਾਰ ਦਿੱਤਾ। ਨੌਕਰੀ ਤੋਂ ਕੱਢਿਆ ਜਾ ਚੁੱਕਿਆ ਇਹ ਅਫਸਰ ਬ੍ਰੈਟ ਹੈਨਕਿਸਨ ਆਪਣੇ ਸਾਥੀਆਂ ਦੇ ਨਾਲ 13 ਮਾਰਚ ਦੀ ਰਾਤ ਬ੍ਰਿਓਨਾ ਦੇ ਘਰ ਬਗੈਰ ਚੇਤਾਵਨੀ ਬਗੈਰ ਵਾਰੰਟ ਦਾਖਲ ਹੋਇਆ ਅਤੇ ਉਸਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਲੈਣ ਦੇਣ ਸੰਬੰਧੀ ਮਾਮਲੇ ਦੀ ਜਾਂਚ ਕਰਨੀ ਹੈ। ਟੇਰਲ ਵੱਲੋਂ ਜਦੋਂ ਕਿੰਤੂ ਪਰੰਤੂ ਕੀਤੀ ਗਈ ਤਾਂ ਇਸ ਅਫਸਰ ਨੇ ਉਸਨੂੰ 8 ਗੋਲੀਆਂ ਮਾਰੀਆਂ ਸਨ ਅਤੇ ਉਸਦੀ ਜਾਨ ਚਲੀ ਗਈ ਸੀ। ਖਾਸ ਗੱਲ ਇਹ ਹੈ ਕਿ ਟੇਲਰ ਦੇ ਘਰੋਂ ਕੋਈ ਨਸ਼ੀਲਾ ਪਦਾਰਥ ਨਹੀਂ ਸੀ ਮਿਲਿਆ। 24 ਸਤੰਬਰ ਸਵੇਰੇ ਆਏ ਭੂਚਾਲ ਦੇ ਤੇਜ਼ ਝਟਕਿਆਂ ਨਾਲ ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਧਰਤੀਆਂ ਹਿੱਲ ਗਈਆਂ। ਵੀਰਵਾਰ ਸਵੇਰੇ ਜਦੋਂ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ 3 ਮੈਗਨੀਟਿਊਡ ਦਾ ਭੂਚਾਲ ਆਇਆ ਤਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀ ਸਵੇਰੇ 4.2 ਮੈਗਨੀਟਿਊਡ ਦੇ ਭੂਚਾਲ ਨੇ ਲੋਕਾਂ ਨੂੰ ਡਰਾ ਦਿੱਤਾ। ਭੂਚਾਲ ਇਸਲਾਮਾਬਾਦ ਤੋਂ 40 ਕਿਲੋਮੀਟਰ ਪੂਰਬ ਵਿੱਚ ਵੀਰਵਾਰ ਸਵੇਰੇ 5:46 'ਤੇ ਆਇਆ। ਦੋਹਾਂ ਥਾਂ ਆਏ ਇਸ ਭੂਚਾਲ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਵੀਰਵਾਰ 24 ਸਤੰਬਰ ਨੂੰ ਨੇਪਾਲ ਦੇ ਹੁਮਲਾ ਵਿੱਚ ਚੀਨੀ ਕਬਜ਼ੇ ਅਤੇ ਇਮਾਰਤਾਂ ਦੀ ਉਸਾਰੀ ਦੀ ਪੁਸ਼ਟੀ ਤੋਂ ਬਾਅਦ ਲੋਕ ਕਾਠਮੰਡੂ ਦੀਆਂ ਸੜਕਾਂ 'ਤੇ ਉਤਰ ਆਏ ਅਤੇ ਚੀਨੀ ਸਫਾਰਤਖਾਨੇ ਦੇ ਬਾਹਰ ਜਲੂਸ ਕੱਢਿਆ ਗਿਆ, ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਦੇ ਹੱਥਾਂ ਵਿੱਚ ਤਖਤੀਆਂ ਸਨ ਜਿਸ 'ਤੇ ਕਿਹਾ ਗਿਆ ਸੀ ਕਿ ਉਹਨਾਂ ਦੀ ਜ਼ਮੀਨ ਛੱਡੀ ਜਾਏ, ਨੇਪਾਲੀ ਜ਼ਮੀਨ ਵਾਪਸ ਕਰੋ, ਨੇਪਾਲ ਚੀਨ ਸਰਹੱਦ ਦਾ ਨਾਕਾ ਖੋਲ੍ਹੋ, ਚੀਨੀ ਸਾਮਰਾਜ ਮੁਰਦਾਬਾਦ ਵਰਗੇ ਨਾਅਰੇ ਲਾਏ ਗਏ। ਵਿਸਥਾਰਵਾਦੀ ਨੀਤੀ ਰਾਹੀਂ ਗੁਆਂਢੀਆਂ ਨੂੰ ਧੋਖਾ ਦੇਣਾ ਚੀਨ ਦੀ ਪੁਰਾਣੀ ਆਦਤ ਹੈ ਅਤੇ ਇਸੇ ਤਹਿਤ ਚੀਨ ਨੇ ਨੇਪਾਲ ਵਿੱਚ 11 ਇਮਾਰਤਾਂ ਉਸਾਰ ਲਈਆਂ ਨੇ। ਖੇਤੀ ਬਿੱਲਾਂ ਵਿਰੁੱਧ ਭਾਰਤੀ ਸੂਬੇ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 24 ਤੋਂ 26 ਸਤੰਬਰ ਵਿਚਕਾਰ ਰੇਲਾਂ ਰੋਕਣ ਲਈ ਸ਼ੁਰੂ ਕੀਤੇ ਸੰਘਰਸ਼ ਦੇ ਪਹਿਲੇ ਦਿਨ ਦਿੱਲੀ ਨੂੰ ਜਾਂਦੇ ਸਾਰੇ ਹੀ ਟਰੈਕ ਰੋਕ ਲਏ। ਮਾਨਸਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਧਰਨਾ ਇੰਝ ਹੀ ਜਾਰੀ ਰੱਖਿਆ ਜਾਏਗਾ ਅਤੇ ਦਿੱਲੀ ਨੂੰ ਜਾਂਦੀ ਕੋਈ ਵੀ ਟ੍ਰੇਨ ਜਾਂ ਮਾਲ ਗੱਡੀ ਪਹੁੰਚਣ ਨਹੀਂ ਦਿੱਤੀ ਜਾਏਗੀ। ਪਾਕਿਸਤਾਨ ਦੀਆਂ ਮੁੱਖ ਵਿਰੋਧੀ ਪਾਰਟੀਆਂ ਇਮਰਾਨ ਖਾਨ ਸਰਕਾਰ ਨੂੰ ਗੱਦੀਆਂ ਲਾਉਣ ਲਈ ਇਕਜੁੱਟ ਹੋ ਗਈਆਂ ਨੇ ਅਤੇ ਇਹਨਾਂ ਪਾਰਟੀਆਂ ਨੇ ਸਰਬ ਪਾਰਟੀ ਮੀਟਿੰਗ ਦੌਰਾਨ 26 ਨੁਕਤਿਆਂ ਵਾਲੀ ਇੱਕ ਤਜਵੀਜ਼ ਨੂੰ ਸਵੀਕਾਰ ਵੀ ਕੀਤਾ। ਤਜਵੀਜ਼ ਮੁਤਾਬਕ ਵਿਰੋਧੀ ਪਾਰਟੀਆਂ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਨਾਮ ਹੇਠ ਗੱਠਜੋੜ ਬਣਾਉਣ ਲਈ ਰਾਜ਼ੀ ਹੋ ਗਈਆਂ ਨੇ ਅਤੇ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਗਲੇ ਮਹੀਨੇ ਤੋਂ ਵੱਡੇ ਪੱਧਰ 'ਤੇ ਰੈਲੀਆਂ ਕੀਤੀਆਂ ਜਾਣਗੀਆਂ। ਜਨਾਬ ਬਲਾਵਲ ਭੁੱਟੋ ਸਾਹਿਬ ਕੀ ਦਾਵਤ ਪਰ जो आज ऑल पार्टीज कॉन्फ्रेंस हुई है अपोजिशन जमातों की, उसका जो एलामिया तय किया गया है, मैं वो एलामिया आपकी खिदमत में पेश कर रहा हूँ। आईन और विफाकी पार्लिमानी निज़ाम पर यकीन रखने वाली कौमी सियासी जमातों का इत्तेहाद ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਕੇ ਨਾਮ ਸੇ ਤਸ਼ਕੀਲ ਦਿਆ ਗਿਆ ਹੈ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ, ਸਪਾਂਸਰਡ ਬਾਈ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਹੁਣ ਮਨਿੰਦਰ ਨੂੰ ਦਿਓ ਇਜਾਜ਼ਤ।